ਬੜੀ ਮਿਹਰਬਾਨੀ ਹੈ ਸਾਰਿਆਂ ਦੀ, ਬਹੁਤ ਸਾਰਾ ਪਿਆਰ ਮਿਲਿਆ ਤੁਹਾਡੇ ਵੱਲੋਂ। ਪਰ ਇੱਕ ਗੱਲ ਆ, ਤਾੜੀਆਂ ਤੁਸੀਂ ਸਾਰੇ ਵਜਾਉਂਦੇ ਹੋ ਪਰ ਪੈਸਿਆਂ ਨੂੰ ਬੜਾ ਹੱਥ ਕੱਢਦੇ ਹੋ। ਇੱਕ ਵਾਰੀ ਫਿਰ ਮੈਂ ਹਰਪ੍ਰੀਤ ਮਾਂਗਰ ਜੀ ਮਿਊਜ਼ੀਕਲ ਗਰੁੱਪ ਨੂੰ ਆਪਣੇ ਵੱਲੋਂ ਜੀ ਆਇਆਂ ਆਖਦਾ, ਔਰ ਮੈਂ ਉਹਨਾਂ ਤੋਂ ਸਾਰਿਆਂ ਤੋਂ ਮਾਫ਼ੀ ਚਾਹੁੰਦਾ ਕਿ ਸਾਰੀ ਗੱਲਾਂ ਸਮਝ ਲੱਗ ਰਹੀਆਂ। ਮੂਵੀ ਵਾਲਿਆ, ਉਹ ਮੂਵੀ ਵਾਲਿਆ ਮੇਰੀ ਨਾ ਬਣਾਈ ਦੇ, ਜਦੋਂ ਕਿਤੇ ਇੱਥੇ ਪੰਜ ਸੱਤ ਕੁੜੀਆਂ ਲੱਗੀਆਂ ਹੁੰਦੀਆਂ ਨੇ, ਇੱਧਰ ਦੀ ਵੀ ਆਉਣਾ ਸੀ, ਇਹਨੇ ਇੱਧਰ ਦੀ ਵੀ ਆਉਣਾ ਸੀ, ਮੇਰੀ ਵਾਰ ਨੂੰ ਪਤਾ ਨਹੀਂ ਕੀ ਗੱਲ ਹੋ ਗਈ। ਸੋ ਹੁਣ ਚੱਲੀਏ ਆਪਾਂ ਸਟੇਜ ਨੂੰ ਥੋੜ੍ਹੀ ਜਿਹੀ ਆਪਾਂ ਸੋਹਣੇ ਕਰੀਏ। ਹੈਲੋ, ਸਭ ਤੋਂ ਪਹਿਲਾਂ ਸਰਦਾਰ ਜੋਗਰ ਸਿੰਘ ਦਸਾਂਝ ਜਿਹਨਾਂ ਦੀ ਯਾਦ ਆਪਾਂ ਸਾਰੇ ਇਕੱਠੇ ਹੋਏ, ਜਿੰਨੇ ਵੀ ਦੂਰੋਂ ਨੇੜੇ ਚੱਲ ਕੇ ਆਏ ਸਭ ਨੂੰ ਜੀ ਆਇਆਂ ਆਖਦਾ ਹਾਂ। ਔਰ ਮੇਰੇ ਲੱਡੂ ਵੀਰ ਜੀ ਜਿਹਨਾਂ ਦੀ ਬਦੌਲਤ ਹੈ ਤੇ ਰੱਬ ਵਰਗੇ ਸਰੋਤਿਆਂ ਦੇ ਮੂੰਹ ਹੋਣ ਦਾ ਮੌਕਾ ਮਿਲਦਾ ਹਰ ਸਾਲ। ਰੋ ਬਣੀ ਅੱਖੀਆਂ
ते मैनू तेरा जिक्र सेज फुलाज फुलादी तेरी सजना ते मैनू राती नहीं तेरी ना मेरी आखिरी की दिन सब कुछ इतने छड़ जाना आखिरी इतने एक दिन सब कुछ छड़ जाना एक दिन होना गा की दम दा परोसा यार तमया वे ना आवे Yeah.
Thank you.
फनकार पाकर सिंह यूके बहुत अच्छे फनकार दिलदार सरदार जोगा सिंह जी दे दिलदार ब्रदर दिलदार सरदार पाकर सिंह यूके तो उन्होंने मैं बेटी करूं जी अगे होने बड़ी मेहरबानी आ जाओ सर कोई जिथे भी जिस भी इंजामे दे विच ਪੁੱਤਰ ਹਜੇ ਤੇ ਨਾਮ ਪੈਣਾ ਇੱਥੇ ਪਿੱਛੇ ਰਹੋ ਮੇਰਾ ਸ਼ਾਬਾਸ਼ ਇਹਨੂੰ ਵੀ ਚੱਕੋ ਵਿਚਾਰੀ ਨੂੰ ਕੋਈ ਹਾਲ ਹੈ ਏਡੇ ਘਰ ਦੇ ਜਲ ਜਿਨ੍ਹਾਂ ਨੇ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਸਪੈਸ਼ਲੀ ਜਿਨ੍ਹਾਂ ਨੇ ਹਾਜ਼ਰੀਆਂ ਲਗਾਈਆਂ ਸਾਰੇ ਪਿੰਡ ਦੇ ਪੁੱਤਰ ਦੇ ਸੱਜਣਾਂ ਦਾ ਦੂਰੋਂ ਨੇੜੇ ਆਏ ਮਿੱਤਰਾਂ ਸੱਜਣਾਂ ਦਾ ਸਾਰਿਆਂ ਦੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਔਰ ਸਪੈਸ਼ਲੀ ਸਾਰਾ ਕੈਡਿਟ ਜਿਹੜਾ ਲੱਡੂ ਗੋਲੀਆਂ ਵਾਲਾ ਜੀ ਸੁਰਿੰਦਰ ਠਾਂਡੀ ਜੀ ਪੰਜਾਬੀ ਗਾਇਕ ਜਿਨ੍ਹਾਂ ਨੇ ਮੇਲਾ ਸਾਰਾ ਔਰਗਨਾਈਜ਼ ਕੀਤਾ ਹੈ ਦੇਖ ਰੇਖ ਕੀਤੀ ਹੈ ਜਿਨ੍ਹਾਂ ਦੀ ਅਗਵਾਈ ਹੇਠ ਸਾਰਾ ਮੇਲਾ ਹੋ ਰਿਹਾ ਜਿੰਨੀਆਂ ਵੀ ਆਵਾਜ਼ਾਂ ਅੱਜ ਇੱਥੋਂ ਤੁਸੀਂ ਸੁਣ ਰਹੇ ਹੋ ਸਾਰੀਆਂ ਇਹਨਾਂ ਦੇ ਨਿੱਘੇ ਸਦਕ ਤੇ ਦਿਲੀ ਭਾਅ ਜੀ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਕਿਸੇ ਨੂੰ ਪ੍ਰਭਾਵਿਤ ਕਰਨਾ ਬੜਾ ਔਖਾ ਹੁੰਦਾ ਔਰ ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਕਿਉਂਕਿ ਸੰਗੀਤ ਐਸੀ ਚੀਜ਼ ਬੰਦਾ ਪਰਮਾਤਮਾ ਪਾ ਲੈਂਦਾ ਸੋ ਸੰਗੀਤ ਨਾਲ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਜੇ ਇਹੋ ਜਿਹੇ ਮੇਲੇ ਲੱਗਣਗੇ ਤਦੇ ਸਾਨੂੰ ਸਾਰਿਆਂ ਨੂੰ ਸੰਗੀਤ ਨਾਲ ਪਿਆਰ ਹੋਵੇਗਾ ਔਰ ਹੋਰ ਬਹੁਤ ਸਾਰੇ ਸੱਜਣ ਜਿਹੜੇ ਸਪੈਸ਼ਲੀ ਇਸ ਮੇਲੇ ਤੇ ਪਹੁੰਚ ਰਹੇ ਨੇ ਬਹੁਤ ਸਾਰੇ ਫੋਨ ਆ ਰਹੇ ਨੇ ਫੋਨਾਂ ਨੂੰ ਵੀ ਦੇਖਾ ਵੈਲਕਮ ਐਡਵਾਂਸ ਦੇ ਵਿੱਚ ਕੰਮਾ ਸਟੂਡੀਓ ਸਾਡੇ ਯਾਰ ਦੋਸਤ ਜਿਹੜੇ ਹਰ ਇੱਕ ਫੰਕਸ਼ਨ ਤਕਰੀਬਨ ਅਸੀਂ ਕਤਲ ਹੁੰਦੇ ਹਾਂ ਸਰਦਾਰ ਪਾਕਰ ਸਿੰਘ ਜੀ ਯੂਕੇ ਜਿਹਨਾਂ ਨਾਲ ਬਹੁਤ ਅਰਸਾ ਪਹਿਲਾਂ ਮੈਂ ਕੰਮ ਕੀਤਾ ਸੀ ਸਟੇਜ ਤੇ ਸੋ ਬੜੇ ਅੱਛੇ ਇਨਸਾਨ ਨੇ ਕਿਤੇ ਕੁਝ ਬਣਦਾ ਕਿਤੇ ਕੁਝ ਬਣਦਾ ਕਿਤੇ ਕੋਈ ਚੀਜ਼ ਖਾਣ ਨੂੰ ਮਿਲਦੀ ਹੈ ਤੇ ਮਹਿਬੂਬ ਪੁੱਛਦਾ ਹੈ ਮਹਿਬੂਬਾ ਨੂੰ ਕੀ ਖਾਓਗੇ ਕੀ ਪੀਓਗੇ ਤੇ ਉਹ ਮਹਿਬੂਬਾ ਕਹਿੰਦੀ ਕਿ ਮੈਂ ਤਾਂ ਕੁਲਫੀ ਖਾਣ ਨੂੰ ਦਿਲ ਕਰਦਾ ਐ ਹੁਣ ਮੌਸਮ ਹੋ ਜਾਣਾ ਮੁਹਰੇ ਕੁਲਫੀਆਂ ਦਾ ਗਰਮੀ ਆ ਜਾਣੀ ਹੈ ਐ ਸਾਡਾ ਵੀਰ ਕੁਲਫੀ ਵਾਲਾ ਆ ਵੀ ਗਿਆ ਐ ਸਮਾਂ ਬਦਲ ਗਿਆ ਗਰਮੀ ਹੋ ਗਈ ਥੋੜਾ ਠੰਡ ਦਾ ਮੌਸਮ ਨਿਕਲ ਗਿਆ ਐਸੋ ਮੇਲੇ ਦੀ ਗੱਲ ਕਰਨ ਲੱਗੀ ਤੇ ਮਹਿਬੂਬ ਕਹਿੰਦਾ ਕਿ ਆਪਾਂ ਕੁਲਫੀ ਛੱਡ ਕੇ ਕੁਰਕਰੇ ਲਿਮਕਾ ਵਗੈਰਾ ਪੀਂਦੇ ਹਾਂ
ऐसा हो जी गल कर सुन प्यार हाँ जी देख सोनिए मेला भरिया मिल गया फांसी ना ठरिया गेड़ा शेड़ा लाइए नी करनी मिल गया फांसी ना ठरिया